राजनीतिक पार्टियां किसी न किसी मामले दे विच एक दूजे ते निशाने साधियां रहिंदियां ने। अमृतसर दे सांसद गुरजीत सिंह औजला दे वल्लों अमृतसर दे मजीठा हलके दे उम्मीदवार जगविंदर सिंह जग्गा मजीठिया दे पेपर दाखल करवाउण दे लई ओह खुद पहुंचे। इस मौके गुरजीत सिंह औजला दे वल्लों बिक्रम सिंह मजीठिया दी गिरफ्तारी ते लगी रोक मगरों सवाल चुकदे होए कहा कि जिहड़ियां धारावां हेठ उन्हां ते मामला दर्ज होया सी उस धारावां दे नाल छेती किसी आम व्यक्ति ਨੂੰ ਜ਼ਮਾਨਤ ਨਹੀਂ ਮਿਲ ਸਕਦੀ ਪਰ ਇਹ ਸਭ ਦਬਾਅ ਦੇ ਕਾਰਨ ਹੋ ਰਿਹਾ। ਇਸ ਦੇ ਨਾਲ ਹੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਡੇ ਮਾਰਜਨ ਦੇ ਨਾਲ ਜ਼ਰੂਰ ਆਪਣੇ ਹਲਕੇ ਤੋਂ ਜਿੱਤ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਗੁਰਜੀਤ ਸਿੰਘ ਔਜਲਾ ਨੇ ਆਮ ਆਦਮੀ ਪਾਰਟੀ ਨੂੰ ਵੀ ਘੇਰਦੇ ਹੋਏ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਨਹੀਂ ਸੋਚਿਆ ਨਹੀਂ, ਇਹ ਹੁਣ ਕੋਰਟ ਦਾ ਮੈਟਰ ਹੈ। ਕੋਰਟ ਨੇ ਜੋ ਵੀ ਫੈਸਲਾ ਦੇਣਾ ਉਹਨਾਂ ਨੇ ਫਿਗਰ ਫੈਕਟਸ ਦੇਖ ਕੇ ਜੋ ਵੀ ਹੋਊਗਾ ਉਹਨਾਂ ਨੇ ਦਿੱਤਾ ਹੈ। ਅਸੀਂ ਮਾਂ ਜੋ ਕੋਰਟ ਦਾ ਸਤਿਕਾਰ ਕਰਦੇ ਹਾਂ ਔਰ ਨਾਲ ਦੀ ਨਾਲ ਇਹ ਜਿਹੜੇ ਲੋਕਾਂ ਦੇ ਮਨ 'ਚ ਬੜੇ ਸ਼ੰਕੇ ਉਤਪੰਨ ਹੁੰਦੇ ਆ ਕਿਉਂਕਿ ਇਹੋ ਜਿਹੀਆਂ ਧਾਰਾ ਦੇ ਅੰਦਰ ਜ਼ਮਾਨਤ ਕਦੀ ਆਮ ਬੰਦੇ ਨੂੰ ਤਾਂ ਨਹੀਂ ਮਿਲਦੀ, ਪਰ ਜਿਸ ਤਰੀਕੇ ਨਾਲ ਬੀਜੇਪੀ ਦਾ ਵਿਧਾਨ ਪਾਲਿਕਾ, ਨਿਆਂ ਪਾਲਿਕਾ ਦਾ, ਕਾਰਜਪਾਲਿਕਾ ਦੇ ਉੱਤੇ ਦਬਾਅ ਦਾ ਇੱਕ ਲੋਕਾਂ ਦੇ ਮਨ 'ਚ ਸ਼ੰਕਾ ਆ, ਉਹ ਹੁਣ ਉਤਪੰਨ ਜ਼ਰੂਰ ਹੋਇਆ ਵਾ ਕਿ ਇਹ ਕਿਉਂ ਇੱਦਾਂ ਹੋ ਰਿਹਾ। ਦੇਖੋ ਗੱਲ ਇਹ ਆ, ਹੁਣ ਗੱਲਾਂ ਕਰਨ ਦੀ ਗੱਲ ਹੈ, ਅਸੀਂ ਕਹਿੰਦੇ ਜੇ ਅਸੀਂ ਆ ਜਾਂਦੇ ਅਸੀਂ ਬਾਦਲ ਵੀ ਹਰਾ ਸਕਦੇ ਹਾਂ। ਸੋ ਇਹ ਗੱਲਾਂ ਕਰਨ ਦਾ ਨਹੀਂ ਫਾਇਦਾ, ਹੁਣ ਜਿਹੜੀ ਇਲੈਕਸ਼ਨ ਆਏ ਉੱਧਰ ਲੜੋ। ਨਵਜੋਤ ਸਿੱਧੂ ਹੋਣਾ ਬੜੇ ਵੱਡੇ ਮਾਰਜਨ ਨਾਲ ਜਿੱਤਣਾ ਉੱਥੋਂ ਇਸ ਤੋਂ। ਦੇਖੋ ਮਜੀਠੇ 'ਚ ਉਹਨਾਂ ਦੇ ਪੈਰ ਲੱਗਦੇ ਨਹੀਂ, ਹੁਣ ਮਜੀਠੇ ਤੋਂ ਬਾਅਦ ਹੁਣ ਉਹ ਈਸਟ ਚਲੇ ਗਏ ਆ, ਹੁਣ ਈਸਟ ਤੋਂ ਗਾਂਹ ਮੁੜ ਕੇ ਉਹ ਲੰਬੀ ਜਲਾਲਾਬਾਦ ਉੱਧਰ ਨੂੰ ਜਾਣਗੇ ਹੌਲੀ ਹੌਲੀ ਹੌਲੀ, ਇੱਥੋਂ ਤੁਰ ਪਏ ਨੇ ਕਿਉਂਕਿ ਮਾਝੇ ਵਾਲੇ ਨੇ ਪਤਾ ਕਰ ਲਿਆ ਬਾਹਰ ਵਾਲੇ ਨੂੰ ਕਿੰਨਾ ਕੁ ਚਿਰ ਮੌਕਾ ਦੇਣਾ ਹੈ। ਦੇਖੋ ਮੈਨੂੰ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਕਾਂਗਰਸ ਦੇ ਪੱਖ ਦੇ ਵਿੱਚ ਚੰਨੀ ਜੀ ਦੁਆਰਾ ਕੀਤੇ ਕੰਮਾਂ ਦੇ ਉੱਤੇ ਮੋਹਰ ਜ਼ਰੂਰ ਲਾਉਣਗੇ ਔਰ ਜਿਹੜੀਆਂ ਪਾਰਟੀਆਂ ਜਿਹੜੀਆਂ ਕੁਛ ਸਮੇਂ ਵਾਸਤੇ ਆਈਆਂ ਨੇ ਰਾਜਨੀਤੀ ਕਰਨ ਪੱਕੇ ਤੌਰ 'ਤੇ ਨਹੀਂ, ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ 'ਚ ਕਦੀ ਖਲੋਤੀ ਹੋ ਨਹੀਂ, ਦਿੱਲੀ 'ਚ ਇੱਕ ਵੀ ਧਰਨਾ ਇਹਨਾਂ ਨੇ ਨਹੀਂ ਦਿੱਤਾ। ਇਹ ਬੀ ਟੀਮ ਹੈ ਬੀਜੇਪੀ ਦੀ, ਜੇ ਬੀ ਟੀਮ ਨਾ ਹੁੰਦੀ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਜ਼ਰੂਰ ਧਰਨਾ ਦਿੰਦੇ ਦਿੱਲੀ ਦੇ ਵਿੱਚ। ਇੱਕ ਵੀ ਐਜੀਟੇਸ਼ਨ ਉਹਨਾਂ ਦੇ ਸਮਰਥਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ। ਸੋ ਇਹ ਬੀ ਟੀਮ ਹੈ, ਨੋਟੀਫਾਈਡ ਕਾਨੂੰਨ ਇਹਨਾਂ ਸਭ ਤੋਂ ਪਹਿਲਾਂ ਇਹਨਾਂ ਨੇ ਕੀਤੇ, ਇਹ ਬੀ ਟੀਮ ਹੈ। ਉਹ ਤੋਂ ਬਾਅਦ ਜਦੋਂ ਕੇਜਰੀਵਾਲ ਭਗਵੰਤ ਪਾਲ ਸੱਚਰ ਨੂੰ ਅਨਾਊਂਸ ਕਰਦੇ ਆ ਉਸੇ ਸਮੇਂ ਚੰਨੀ ਜੀ ਦੇ ਰਿਸ਼ਤੇਦਾਰਾਂ ਦੇ ਘਰ ਈ ਡੀ ਰੇਡ ਕਰਦੀ ਹੈ। ਇਹ ਤਿੰਨੇ ਚੀਜ਼ਾਂ ਤੁਸੀਂ ਆਪ ਦੱਸੋ ਕਿ ਬੀਜੇਪੀ ਜਿਹੜੀ ਹੈ ਉਹ ਉਹਨੇ ਹੁਣ ਕਿਉਂਕਿ ਪੰਜਾਬ 'ਚ ਉਹਨਾਂ ਨੂੰ ਮੂੰਹ ਨਹੀਂ ਲਾਇਆ ਤਾਂ ਉਹਨਾਂ ਆਪਣੀ ਬੀ ਟੀਮ ਆਮ ਆਦਮੀ ਪਾਰਟੀ ਨੂੰ ਅੱਗੇ ਕਰ ਦਿੱਤਾ ਹੈ। ਨਹੀਂ ਦੇਖੋ ਕੁਦਰਤੀ ਗੱਲ ਹੈ, ਅਸੀਂ ਮਤਲਬ ਭਾਈਚਾਰਾ ਸ਼ਿਸ਼ਟਾਚਾਰ ਨਹੀਂ ਮੁੱਕਦਾ, ਤਾਂ ਕੁਦਰਤੀ ਅਸੀਂ ਵੀ ਨਿਕਲ ਰਹੇ ਹਾਂ ਤਾਂ ਉਹ ਵੀ ਨਿਕਲ ਰਹੇ ਹਾਂ, ਅਸੀਂ ਜੱਗਾ ਜੀ ਦੇ ਪਾਰ ਜਿਹੜੇ ਪੇਪਰ ਮੈਰ ਕਰਾ ਕੇ ਆਏ ਹਾਂ ਅਤੇ ਦਾਖਲ। ਕਦੀ ਵੀ ਦੇਖੋ ਪਿਆਰ ਤਾਂ ਕਿਸੇ ਨਾਲ ਨਹੀਂ ਮੁੱਕਦਾ, ਸਾਡਾ ਸਮਾਜਿਕ ਪਿਆਰ ਤਾਂ ਹਰ ਇੱਕ ਰੱਖਦਾ ਹੈ, ਪਿੰਡਾਂ ਦੇ ਵਿੱਚ ਵੀ ਹੋਵੇ ਭਾਵੇਂ ਸਰਪੰਚ ਜਿਹੜਾ ਬਣ ਜਾਂਦਾ ਆ ਉਹ ਸਾਰੇ ਘਰਾਂ ਨਾਲ ਮਿਲ ਕੇ ਗੱਲ ਕਰਦਾ ਆ।